ਹਾਂਜੀ ਸਾਰੇ ਵੀਰਾਂ ਨੂੰ ਵੈਦ ਰਵਿੰਦਰ ਸਿੰਘ ਵੱਲੋਂ ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਜਿਵੇਂ ਕਿ ਤੁਹਾਨੂੰ ਪਤਾ ਕਿ ਜਦੋਂ ਵੀ ਆਪਾਂ ਜਿਹੜਾ ਜੜੀਆਂ ਬੂਟੀਆਂ ਵਾਲਾ ਨੁਸਖਾ ਜਿਹੜਾ ਤਿਆਰ ਕਰਦੇ ਹਾਂ, ਉਹ ਹਮੇਸ਼ਾ ਲਾਈਵ ਤਿਆਰ ਕਰਦੇ ਹਾਂ, ਕਿਉਂਕਿ ਸੋਨੇ ਵਾਲੀ ਗੋਲੀ ਦੇ ਨਾਲ ਵੀ ਵੀਰਾਂ ਨੂੰ ਇਹ ਜੜੀਆਂ ਬੂਟੀਆਂ ਵਾਲੇ ਪਾਊਡਰ ਦੀ ਨਾਲ ਡੱਬੀ ਦੇਈਦੀ ਆ, ਅਤੇ 8000 ਵਾਲੇ ਨੁਸਖੇ ਦੇ ਨਾਲ ਵੀ ਡੱਬੀ ਦੇਈਦੀ ਆ, ਅਤੇ 15000 ਵਾਲੇ ਨੁਸਖੇ ਦੇ ਨਾਲ ਵੀ ਇਹੀ ਜੜੀਆਂ ਬੂਟੀਆਂ ਵਾਲੀ ਡੱਬੀ ਦੇਈਦੀ ਆ। ਬਸ ਗੋਲੀਆਂ ਦਾ ਫਰਕ ਹੁੰਦਾ ਵਾ। ਸੋ ਇਸ ਨੁਸਖੇ ਦੇ ਵਿੱਚ ਜਿਹੜੀਆਂ 40 ਜੜੀਆਂ ਬੂਟੀਆਂ ਆਪਾਂ ਪਾਉਂਦੇ ਹਾਂ, ਉਹ ਸਾਰੀਆਂ ਜੜੀਆਂ ਬੂਟੀਆਂ ਤੁਹਾਨੂੰ ਦਿਖਾਵਾਂਗੇ। ਇਹਦੇ ਵਿੱਚ ਜਿਹੜੀਆਂ ਜੜੀਆਂ ਬੂਟੀਆਂ ਪੈਂਦੀਆਂ ਵਾਂ, ਜਿਵੇਂ ਸਫੈਦ ਮੂਸਲੀ, ਸਤਾਵਰ, ਵਿਧਾਰਾ, ਵਿਧਾਰੀ ਕੰਧ, ਅਸ਼ਵਗੰਧਾ, ਸਫੈਦ ਬਾਹਮਣ, ਲਾਲ ਬਾਹਮਣ, ਭਖੜਾ, ਭੰਗ ਦੇ ਬੀਜ, ਬੀਜਬੰਦ, ਤੁਖ ਮਲੰਗਾ, ਕਾਲੀ ਮਿਰਚ, ਛੋਟੀ ਇਲਾਚੀ, ਦਾਲਚੀਨੀ, ਅਕਰਕਰਾ, ਕਿੱਕਰ ਦੀ ਫਲੀ, ਸਾਲਮ ਮਿਸ਼ਰੀ, ਸਾਲਮ ਪੰਜਾ, ਤਾਲਮ ਖਾਣਾ, ਧਾਗੇ ਵਾਲੀ ਮਿਸ਼ਰੀ, ਖਰੈਟੀ ਦੇ ਬੀਜ, ਕਿੱਕਰ ਦੀ ਗੂੰਦ, ਮੋਚ ਰਸ, ਖਸ ਖਸ, ਲਾਜਵੰਤੀ, ਕਾਲੀ ਮੂਸਲੀ, ਸੈਮਲ ਮੂਸਲੀ, ਤਵਾਸੀਰ, ਇਮਲੀ ਦੇ ਬੀਜ, ਰੂਮੀ ਮਸਤਗੀ, ਸਿੰਘਾੜਾ, ਮਗਜ, ਮੁਲੱਠੀ, ਬੋੜ ਦੇ ਫਲ, ਗੁੱਲਰ ਦੇ ਫਲ, ਕਾਲੇ ਕੌਂਚ ਬੀਜ, ਸ਼ੁੱਧ ਕਰਕੇ ਗਾਂ ਦੇ ਦੁੱਧ ਵਿੱਚ ਜਿਹੜੇ ਆ ਸ਼ੁੱਧ ਕਰਕੇ ਇਹ ਪਾਈਦੇ ਆ, ਅਤੇ ਜਿਹੜੀਆਂ ਇਹਦੇ ਵਿੱਚ ਭਸਮਾਂ ਪੈਂਦੀਆਂ ਵਾਂ, ਉਹ ਮੋਤੀ ਪਿਸਤੀ, ਬੰਗ ਭਸਮ, ਪੁਸ਼ਪ ਧਨਵਾ ਰਸ, ਸੋਨਾ ਮੱਖੀ, ਪਰਵਾਲ, ਅਕੀਕ ਪਿਸਤੀ, ਅਬਰਕ ਭਸਮ, ਲੋਹ ਭਸਮ, ਇਹ ਸਾਰੀਆਂ ਭਸਮਾਂ ਪਾ ਕੇ ਨੁਸਖਾ ਤਿਆਰ ਕਰਦੇ ਹਾਂ। ਤੁਹਾਡੇ ਸਾਹਮਣੇ ਸਾਰੀਆਂ ਜੜੀਆਂ ਬੂਟੀਆਂ ਦਿਖਾ ਕੇ ਇਹਨਾਂ ਨੂੰ ਮਿਕਸ ਕਰਕੇ, ਆਹ ਪਹਾੜੀ ਇਮਲੀ ਦੇ ਬੀਜ, ਰੂਮੀ ਮਸਤਗੀ ਤੁਸੀਂ ਦੇਖ ਰਹੇ ਜੇ, ਸਾਰਾ ਨੁਸਖਾ ਲਾਈਵ ਤਿਆਰ ਕਰਦੇ ਹਾਂ, ਕਿਉਂਕਿ ਅਸੀਂ 50-60 ਕਿਲੋ ਨੁਸਖਾ ਇਹ ਇੱਕ ਵਾਰ ਹੀ ਤਿਆਰ ਕਰ ਲੈਂਦੇ ਹਾਂ, ਕਿਉਂਕਿ ਥੋੜ੍ਹਾ ਤਿਆਰ ਕਰਨ ਲੱਗਿਆਂ ਫਿਰ ਇਹ ਵੇਸਟ ਬਹੁਤ ਹੁੰਦਾ। ਦੇਖੋ ਕਾਲੇ ਕੌਂਚ ਬੀਜ ਸ਼ੁੱਧ ਕੀਤੇ ਹੋਏ ਪਾਏ ਆ, ਕਿੱਕਰ ਦੀ ਫਲੀ ਰਾਜਸਥਾਨ ਤੋਂ ਮੰਗਵਾਈ ਸੀ, ਇਹ ਉਹ ਸੁਕਾ ਕੇ ਰੱਖੀ ਆ, ਉਹ ਵਿੱਚ ਸਾਰੀ ਮਿਕਸ ਕਰਤੀ ਆਪਾਂ। ਬਾਕੀ ਕੁਆਲਿਟੀ ਇੱਕ ਨੰਬਰ ਦੀ ਹੁੰਦੀ ਆ, ਇੱਕ ਨੰਬਰ ਦੀ ਸਾਫ਼ ਸਫਾਈ, ਹਰੇਕ ਚੀਜ਼ ਖੋਲ੍ਹ ਕੇ ਚੰਗੀ ਤਰ੍ਹਾਂ ਚੁਣ ਕੇ ਫਿਰ ਉਹ ਜਿਹੜੀ ਆ ਮਿਕਸ ਕੀਤੀ ਜਾਂਦੀ ਆ। ਰੂਮੀ ਮਸਤਗੀ ਜਿਹੜੀ ਆ ਉਹ ਵਿੱਚ ਪੈ ਚੁੱਕੀ ਆ। ਇਸ ਨੁਸਖੇ ਦੇ ਨਾਲ ਕਿਸੇ ਵੀ ਵੀਰ ਨੂੰ ਜਿੰਨੀ ਮਰਜ਼ੀ ਪੁਰਾਣੀ ਧਾਂਤ ਹੋਵੇ, ਸੁਪਨ ਦੋਸ਼ ਹੋਵੇ, ਚਿਪਚਿਪਾ ਪਾਣੀ ਆਉਂਦਾ ਹੋਵੇ, ਨਮਰਦੀ ਜਿੰਨੀ ਮਰਜ਼ੀ ਪੁਰਾਣੀ ਹੋਵੇ, ਬਹੁਤ ਹੀ ਇਹ ਸ਼ਰਤੀ ਆ ਦਵਾਈ ਆ। ਸਾਰੀਆਂ ਜੜੀਆਂ ਬੂਟੀਆਂ ਮਿਕਸ ਕਰਨ ਤੋਂ ਬਾਅਦ ਪਹਿਲਾਂ ਇਹਨੂੰ ਮੋਟੀ ਜਾਲੀ ਲਾ ਕੇ ਪੀਸਾਂਗੇ, ਫਿਰ ਦੂਜੀ ਵਾਰ ਬਰੀਕ ਜਾਲੀ ਲਾ ਕੇ ਪੀਸੀ ਜਾਂਦੀ ਹੈ, ਕਿਉਂਕਿ ਇਹ ਜਿਹੜਾ ਵਾ ਨੁਸਖਾ ਜਿਹੜਾ ਵਾ ਤੁਹਾਨੂੰ ਪਤਾ ਕਿ ਜਦੋਂ ਆਪਾਂ ਤਿਆਰ ਕਰਦੇ ਹਾਂ, ਤਿਆਰ ਕਰਨ ਲੱਗਿਆਂ ਵੀਡੀਓ ਜਿਹੜੀ ਆਪਾਂ ਸ਼ਾਰਟ ਦੇ ਵਿੱਚ ਇਹ ਬਣਾਈ ਹੁੰਦੀ ਆ, ਪਰ ਇਹਨੂੰ ਤਿਆਰ ਕਰਨ 'ਤੇ ਕਾਫ਼ੀ ਟਾਈਮ ਲੱਗ ਜਾਂਦਾ ਵਾ, 3-4 ਦਿਨ ਸਾਡੇ ਲੱਗ ਜਾਂਦੇ ਆ। ਭਸਮਾਂ ਪਹਿਲਾਂ ਰੈਡੀ ਕਰਕੇ ਰੱਖਣੀਆਂ ਪੈਂਦੀਆਂ ਵਾ, ਰਾ ਮਟੀਰੀਅਲ ਪਹਿਲਾਂ ਰੱਖਣਾ ਪੈਂਦਾ ਲਿਆ ਕੇ, ਕਿਉਂਕਿ ਭਸਮਾਂ ਸਾਰੀਆਂ ਤੁਹਾਨੂੰ ਪਤਾ ਅਸੀਂ ਆਪ ਤਿਆਰ ਕਰਦੇ ਹਾਂ ਭੱਠੀਆਂ ਦੇ ਵਿੱਚ, ਕਿਉਂਕਿ ਬਾਜ਼ਾਰੀ ਕੰਪਨੀ ਦੀ ਭਸਮ ਦਾ ਕੋਈ ਰਿਜ਼ਲਟ ਨਹੀਂ ਮਿਲਦਾ।
ਜਿਵੇਂ ਮੋਤੀ ਪਰਵਾਲ ਸਾਰੀਆਂ ਭਸਮਾਂ ਆਪ ਤਿਆਰ ਕਰਦੇ ਹਾਂ, ਇਹ ਸਾਨੂੰ ਵੀ ਸਸਤੀਆਂ ਪੈਂਦੀਆਂ ਵਾਂ ਅਤੇ ਮਰੀਜ਼ ਖਾਣ ਵਾਲੇ ਦਾ ਵੀ ਇਹਦਾ ਫਾਇਦਾ ਹੁੰਦਾ। ਜੇ ਤੁਸੀਂ ਕੰਪਨੀ ਦੀਆਂ ਭਸਮਾਂ ਪਿਸ਼ਟੀਆਂ ਲੈ ਕੇ ਪਾਓਗੇ ਜਿਵੇਂ ਸੁੱਚੇ ਮੋਤੀ ਪਾਓਗੇ ਤਾਂ ਤੁਸੀਂ ਇਹ ਤੁਹਾਨੂੰ ਘੱਟ ਤੋਂ ਘੱਟ ਵੀ ਜੜੀਆਂ ਬੂਟੀ ਵਾਲਾ ਨੁਸਖਾ 15-20 ਹਜ਼ਾਰ ਤੋਂ ਘੱਟ ਨਹੀਂ ਪੈਂਦਾ। ਦੇਖੋ ਸਾਰਾ ਹੀ ਜਿਹੜੀਆਂ ਜੜੀਆਂ ਬੂਟੀਆਂ ਪੀਸਤੀਆਂ ਆਪਾਂ, ਹੁਣ ਇਹਦੇ ਵਿੱਚ ਜਿਹੜੀਆਂ 8 ਭਸਮਾਂ ਉਹ ਇਹਦੇ ਵਿੱਚ ਮਿਕਸ ਕਰਾਂਗੇ ਚੰਗੀ ਤਰ੍ਹਾਂ। ਥੋੜ੍ਹਾ ਜਿਹਾ ਜੜੀਆਂ ਬੂਟੀਆਂ ਵਾਲਾ ਚੂਰਨ ਲਿਆ ਵਾ, ਉਸ ਤੋਂ ਬਾਅਦ ਇਹ ਭਸਮਾਂ ਉਹਦੇ ਵਿੱਚ ਇੱਕ ਵਾਰ ਚੰਗੀ ਤਰ੍ਹਾਂ ਮਿਕਸ ਕਰਕੇ, ਉਸ ਤੋਂ ਬਾਅਦ ਜਿਹੜਾ ਦੂਜਾ ਮਿਸ਼ਰਣ ਆ ਉਹਦੇ ਵਿੱਚ ਇਹਨੂੰ ਸਾਰੀਆਂ ਭਸਮਾਂ ਨੂੰ ਹੁਣ ਮਿਕਸ ਕਰਾਂਗੇ। ਘੱਟ ਤੋਂ ਘੱਟ 3 ਵਾਰ ਛਾਨਣੀ ਮਾਰਾਂਗੇ, 5-4 ਇਹਨੂੰ ਗੋਡੀਆਂ ਦੇ ਕੇ। ਜਿੰਨਾ ਜ਼ਿਆਦਾ ਮਿਕਸ ਹੋਊਗਾ ਉਨਾ ਹੀ ਜ਼ਿਆਦਾ ਰਿਜ਼ਲਟ ਮਿਲੂਗਾ। ਇਹੋ ਜਿਹੀਆਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ। ਧੰਨਵਾਦ ਸਾਰੇ ਵੀਰਾਂ ਦਾ।